सारे दे सारे डेरा जिहड़े हैगे ने सारे दे सारे डेराबाद जिहड़े आ उह इहदी शह ते बणे ने। जे बादल प्रमोट ना करे ते डेरे नहीं सी बण सकदे। हुण वेखो गुरु ग्रंथ साहिब दी बेअदबी होई आ, तीन चार दिन हो गए आ। ਉਹ ਕਹਿੰਦੇ ਜੀ ਅਸੀਂ ਤਾਂ ਸਾਡਾ ਤਾਂ ਜਿਹੜਾ ਨਾਨਕ ਸਾਰੇ ਆ ਅਤੇ ਇੱਥੇ ਭਗਤੀ ਦਾ ਘਰ ਆ। ਮੈਂ ਤਾਂ ਕਹਿੰਦਾ ਬੜੇ ਅਫਸੋਸ ਵਾਲੀ ਗੱਲ ਆ, ਇਹ ਤਾਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਰਦੇ ਹੀ ਨਹੀਂਗੇ। ਤੁਸੀਂ ਆਪ ਵੀਡੀਓ 'ਚ ਵੇਖ ਲਿਆ, ਇਕੱਲਾ ਇਕੱਲਾ ਬੰਦਾ ਜਾ ਰਿਹਾ, ਸਰੂਪ ਲੈ ਕੇ ਜਾ ਰਿਹਾ, ਇਹ ਕਾਹਦਾ ਅਦਬ ਕਰਦੇ ਹੈ? ਪਿੱਛੇ ਕਹਿੰਦਾ ਹੱਥ ਆ ਆਪਾਂ, ਜੇ ਦਰਬਾਰ ਸਾਹਿਬ ਬੇਅਦਬੀ ਹੁੰਦੀ ਆ ਤਾਂ ਆਪਾਂ ਉਹ ਖਤਮ ਕਰਤਾ, ਜੇ ਉੱਥੇ ਸਿੰਘੂ ਬਾਰਡਰ 'ਤੇ ਹੁੰਦੀ ਖਤਮ ਕਰਤਾ। ਕਿਤੇ ਇੱਦਾਂ ਤਾਂ ਨਹੀਂ ਵੀ ਜੇ ਆਪਾਂ ਮੇਨ ਤਹਿ ਤੱਕ ਕਿੱਦਾਂ ਪਹੁੰਚਾਂਗੇ, ਵੀ ਪਿੱਛੇ ਆਪਾਂ ਮੇਨ ਜੜ ਨੂੰ ਕਿਉਂ ਨਾ ਖਤਮ ਕਰੀਏ? ਅਸੀਂ ਤਹਿ ਤੱਕ ਪਹੁੰਚ ਹੀ ਨਹੀਂ ਸਕਦੇ ਕਿਉਂਕਿ ਸਰਕਾਰ ਸਾਡਾ ਸਾਥ ਨਹੀਂ ਦਿੰਦੀ। ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਆ, ਉਹਦੇ ਰਾਜ ਦੇ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਸੀ। ਸਾਰਿਆਂ ਦੀ ਮਸਜਿਦਾਂ, ਗੁਰਦੁਆਰਾ ਸਾਹਿਬ ਜੋ ਵੀ ਸੀਗਾ ਉਹਨਾਂ ਦਾ, ਜਿਹੜੇ ਵੀ ਧਰਮ 'ਚ ਕੋਈ ਰਹਿੰਦਾ ਸੀਗਾ ਉਹਨਾਂ ਨੂੰ ਆਜ਼ਾਦੀ ਸੀਗੀ। ਪਰ ਇੱਥੇ ਗੱਲ ਉਲਟ ਹੈ। ਇੱਥੇ ਇਹ ਵਾਰ ਵਾਰ ਗੱਲਾਂ ਕਿਉਂ ਹੋ ਰਹੀਆਂ ਨੇ, ਇਹ ਕੀ ਕਾਰਨ ਆ? ਤੋਂ ਜਿਹੜਾ ਰਾਜ ਖੁੱਸਣਾ ਚਾਹੀਦਾ ਸੀਗਾ, ਇਹ ਸਿੱਖਾਂ ਦਾ ਦੁਸ਼ਮਣ ਆ, ਇਹ ਬੜਾ ਸਿਆਸੀ ਬੰਦਾ ਹੋਣ ਕਰਕੇ ਇਹ ਪੈਂਤੜੇਬਾਜ਼ੀ ਚੱਲ ਚੱਲ ਕੇ ਇਹ ਰਾਜ ਕਰਦਾ ਰਿਹਾ। ਹੁਣ ਇਹਦੀ ਵਾਹ ਨਹੀਂ ਚੱਲਣੀ ਅਤੇ ਇਹ ਰਾਜ ਹੁਣ ਨਹੀਂ ਆਉਂਦਾ ਇਹਦੇ ਕੋਲ। ਦੇਖੋ ਹੁਣ ਈਸਾਈ ਭਾਈਚਾਰੇ ਦਾ, ਸਿੱਖ ਧਰਮਚਾਰੇ ਭਾਈਚਾਰੇ ਦਾ ਜਿਹੜਾ ਇਹਨਾਂ ਨੇ ਸਾਧ ਪਵਾ ਦਿੱਤਾ, ਇਹ ਸਰਕਾਰ ਨੇ ਕੀਤਾ। ਇਹ ਸਰਕਾਰ ਕੰਟਰੋਲ ਨਹੀਂ ਕਰ ਸਕਦੀ? ਸਰਕਾਰ ਇਹ ਕਿਉਂ ਚਾਹੁੰਦੀ ਆ, ਕਿਉਂ ਕਰਦੀ ਆ ਇਹ? ਹਮੇਸ਼ਾ ਅਕਾਲੀ ਦਲ ਨੇ ਡੇਰਾਬਾਦ ਨੂੰ ਨਹੀਂ ਪ੍ਰਮੋਟ ਕੀਤਾ। ਜੇ ਆਪਾਂ ਪਿਛਲੇ ਲੰਬੇ ਸਮੇਂ ਤੋਂ ਦੇਖੀਏ, ਚਾਹੇ 1978 ਤੋਂ ਲੈ ਕੇ 78 ਦੇ ਵਿੱਚ ਕਾਂਡ ਨਿਰੰਕਾਰੀ ਕਾਂਡ ਹੁੰਦਾ ਵਾ, ਚਾਹੇ ਉਸ ਤੋਂ ਬਾਅਦ ਨੂਰਮੈਲੀਆ ਕਾਂਡ ਲੁਧਿਆਣੇ ਹੁੰਦਾ ਵਾ, ਜਾਂ ਬਲੈਕ ਥੰਡਰ ਹੁੰਦਾ ਵਾ, ਜਿਹੜਾ ਵੀ ਹੁੰਦਾ ਵਾ, ਤਾਂ ਜੇ ਹੁਣ 2015 'ਚ ਬੇਅਦਬੀ ਹੁੰਦੀ, ਕਿਤੇ ਨਾ ਕਿਤੇ ਡੇਰਾਬਾਦ ਨੂੰ ਨਹੀਂ ਅਕਾਲੀ ਦਲ ਨੇ ਪ੍ਰਮੋਟ ਕੀਤਾ? ਸਾਰੇ ਦੇ ਸਾਰੇ ਡੇਰਾ ਜਿਹੜੇ ਹੈਗੇ ਨੇ, ਸਾਰੇ ਦੇ ਸਾਰੇ ਡੇਰਾਬਾਦ ਜਿਹੜੇ ਆ, ਉਹ ਇਹਦੀ ਸ਼ਹਿ 'ਤੇ ਬਣੇ ਨੇ। ਜੇ ਬਾਦਲ ਪ੍ਰਮੋਟ ਨਾ ਕਰੇ ਤਾਂ ਡੇਰੇ ਨਹੀਂ ਸੀ ਬਣ ਸਕਦੇ। ਹੁਣ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਤਿੰਨ ਚਾਰ ਦਿਨ ਹੋ ਗਏ ਆ। ਉਹ ਕਹਿੰਦੇ ਜੀ ਅਸੀਂ ਤਾਂ ਸਾਡਾ ਤਾਂ ਜਿਹੜਾ ਨਾਨਕ ਸਾਰੇ ਆ ਅਤੇ ਇੱਥੇ ਭਗਤੀ ਦਾ ਘਰ ਆ। ਮੈਂ ਤਾਂ ਕਹਿੰਦਾ ਬੜੇ ਅਫਸੋਸ ਵਾਲੀ ਗੱਲ ਆ, ਇਹ ਤਾਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਰਦੇ ਹੀ ਨਹੀਂਗੇ। ਤੁਸੀਂ ਆਪ ਵੀਡੀਓ 'ਚ ਵੇਖ ਲਿਆ, ਇਕੱਲਾ ਇਕੱਲਾ ਬੰਦਾ ਜਾ ਰਿਹਾ, ਸਰੂਪ ਲੈ ਕੇ ਜਾ ਰਿਹਾ, ਇਹ ਕਾਹਦਾ ਅਦਬ ਕਰਦੇ ਹੈ? ਬੇਅਦਬੀ ਕਰਦੇ ਆ। ਜਿਹੜੀ ਬੇਅਦਬੀ ਦੀ ਗੱਲ ਕਰਦੇ ਹੋ ਤਾਂ ਇੱਕ ਵੀਡੀਓ ਮੈਂ ਵੀ ਦੇਖੀ ਆ, ਤਾਂ ਇਕੱਲਾ ਬੰਦਾ ਜਾ ਰਿਹਾ ਵਾ, ਉਹ ਜਾ ਕੇ ਜੰਗਲੇ ਨੂੰ ਹੱਥ ਪਾ ਲੈਂਦਾ ਵਾ, ਤਾਂ 10-12 ਬੰਦੇ ਉਹ ਛਡਾਉਂਦੇ ਰਹਿੰਦੇ ਆ ਜੰਗਲਾਂ, ਜਿਹੜਾ ਨਾਨਕ ਸਾਹਿਬ ਦੇ ਵਿੱਚ ਜਿਹੜੀ ਬੇਅਦਬੀ ਹੁੰਦੀ ਆ ਉਹਨੂੰ ਕਿੱਦਾਂ ਦੇ? ਉਹ ਵੀ ਬੜੀ ਮਾੜੀ ਗੱਲ ਆ, ਬਹੁਤ ਮਸਤੂਆਣਾ, ਬਹੁਤ ਮਾੜੀ ਗੱਲ ਆ। ਪਰ ਮੈਂ ਇਹ ਚਾਹੁੰਦਾ ਸੀਗਾ ਜਿੱਦਾਂ ਉਹਨਾਂ ਨੇ ਫੜਿਆ ਉਹਨੂੰ ਲੈ ਕੇ ਉਹਦਾ ਕਤਲ ਕਰ ਦਿੰਦੇ, ਉਹਦੇ ਗੁੱਟ ਵੱਟ ਦਿੰਦੇ ਉਹਦੇ, ਪਰ ਇਹਨੇ ਕੀਤਾ ਕੁਛ ਨਹੀਂ ਜੀ। ਆਪਾਂ ਕਤਲ ਕਰ ਦੇਣਾਗੇ, ਆਪਾਂ ਤਹਿ ਤੱਕ ਕਿੱਦਾਂ ਪਹੁੰਚਾਂਗੇ? ਆਪਾਂ ਜੇ ਤਹਿ ਤੱਕ ਕਿੱਦਾਂ ਪਹੁੰਚਾਂਗੇ? ਵੀ ਪਿੱਛੇ ਕਹਿੰਦਾ ਹੱਥ ਆ ਆਪਾਂ, ਜੇ ਦਰਬਾਰ ਸਾਹਿਬ ਬੇਅਦਬੀ ਹੁੰਦੀ ਆ ਤਾਂ ਆਪਾਂ ਉਹ ਖਤਮ ਕਰਤਾ, ਜੇ ਉੱਥੇ ਸਿੰਘੂ ਬਾਰਡਰ 'ਤੇ ਹੁੰਦੀ ਖਤਮ ਕਰਤਾ। ਕਿਤੇ ਇੱਦਾਂ ਤਾਂ ਨਹੀਂ ਵੀ ਜੇ ਆਪਾਂ ਮੇਨ ਤਹਿ ਤੱਕ ਕਿੱਦਾਂ ਪਹੁੰਚਾਂਗੇ, ਵੀ ਪਿੱਛੇ ਆਪਾਂ ਮੇਨ ਜੜ ਨੂੰ ਕਿਉਂ ਨਾ ਖਤਮ ਕਰੀਏ? ਅਸੀਂ ਤਹਿ ਤੱਕ ਪਹੁੰਚ ਹੀ ਨਹੀਂ ਸਕਦੇ ਕਿਉਂਕਿ ਸਰਕਾਰ ਸਾਡਾ ਸਾਥ ਨਹੀਂ ਦਿੰਦੀ। ਜੇ ਅਸੀਂ ਆਪਣੇ ਕੋਲ ਰੱਖਦੇ ਹਾਂ ਤਾਂ ਅਸੀਂ ਦੋਸ਼ੀ ਬਣ ਜਾਂਦੇ ਹਾਂ, ਕਿਉਂਕਿ ਅਸੀਂ ਕਾਨੂੰਨ ਹੱਥ 'ਚ ਲੈ ਲਿਆ। ਇਹ ਸਾਡੇ ਵਾਸਤੇ ਕਤਲ ਕਰਨਾ ਜ਼ਰੂਰੀ ਆ, ਉਹ ਬੰਦਾ ਉਹਦਾ ਜੇ ਆਪਾਂ ਛੱਡ ਦਿੰਦੇ ਹਾਂ ਤਾਂ ਉਹ ਕਹਿ ਦਿੰਦੇ ਜੀ ਇਹ ਮੈਂਟਲੀ ਆ, ਜਿਹੜਾ ਇਹਦੀਆਂ ਦਵਾਈਆਂ ਚੱਲਦੀਆਂ ਨੇ ਅਤੇ ਬੰਦਾ ਬਿਮਾਰ ਆ। ਇਹ ਜਿੰਨੇ ਬੰਦੇ ਭੇਜੇ ਗਏ ਸਾਰੇ ਮੈਂਟਲ ਕਰਾਰ ਦਿੱਤੇ ਗਏ ਆ, ਕੋਈ ਇਹਨਾਂ ਨੇ ਨਹੀਂ ਕਿਹਾ ਵੀ ਬੰਦਾ ਸਹੀ ਆ। ਜਿਹੜਾ ਬੰਦਾ ਹੁਣ ਮੈਂਟਲ ਸੀਗੇ ਜਿਹੜੇ ਲਲਕਾਰ ਕੇ ਲੈ ਗਏ ਆ, ਜਿਹੜਾ ਇੱਥੇ ਬਹਿਬਲ ਜਿਹੜਾ ਕਾਂਡ ਜਿਹੜਾ ਹੋਇਆ, ਜਿਹੜਾ ਗੁਰੂ ਸਾਹਿਬ ਸਰੂਪ ਲੈ ਕੇ ਚੋਰੀ ਕਰਕੇ ਲਗਾਏ ਨੇ ਜਿਹੜੇ, ਉਹ ਕਿਤੇ ਉਹ ਲਲਕਾਰ ਕੇ ਲੈ ਗਏ ਨੇ ਉੱਥੇ, ਉਹ ਤਾਂ ਸ਼ਰਮ ਲੈ ਗਏ ਨੇ ਵੀ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਛਡਾ ਲਓ, ਸਾਡੇ ਕੋਲ ਹੈਗਾ ਤੁਹਾਡਾ ਗੁਰੂ ਦਾ ਸਰੂਪ, ਸਾਡੇ ਕੋਲ ਹੈਗਾ ਆ। ਜੇ ਹਿੰਮਤ ਸੁਖਬੀਰ ਸਿੰਘ ਬਾਦਲ ਦੀ ਪੇਛੀ ਜਿਹੜੀ ਸੀਗੀ, ਮੈਂ ਕਿਹਾ 30-31 ਅੱਜ ਦੀ ਸੀਗੀ, ਮੈਂ ਕਿਹਾ 31 ਅਕਤੂਬਰ ਦੀ ਸੀਗੀ ਜਾਂ 30 ਅਕਤੂਬਰ ਦੇ, 30 ਜਾਂ 31 ਅਕਤੂਬਰ ਦੀ ਸੀਗੀ। ਕਿਤੇ ਨਾ ਕਿਤੇ ਜਿਹੜਾ ਵਾ ਹੁਣ ਉਹਨੇ ਡੇਟ ਲੈ ਲਈ ਹੈ, ਜੇ ਫਿਰ ਡੇਟ ਲੈ ਲਊਗਾ ਕਿੰਨੀ ਦੇਰ ਤੱਕ ਇੱਦਾਂ ਹੀ ਚੱਲਦਾ ਰਹੂਗਾ? ਇਹ ਤਾਂ ਮੈਨੂੰ ਤਾਂ ਲੱਗਦਾ ਵੀ ਇਹਨਾਂ ਦਾ ਸ਼ਿਕੰਜਾ ਕੱਸਿਆ ਜਾਣਾ, ਅਤੇ ਕੱਸਿਆ ਜਾਣਾ ਚਾਹੀਦਾ, ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ, ਇਹ ਲੇਟ ਹੋ ਰਿਹਾ, ਕੱਸਿਆ ਜਾਣਾ ਚਾਹੀਦਾ। ਤਰਨ ਤਾਰਨ ਵਿਖੇ ਜਿਹੜੀ ਘਟਨਾ ਵਾਪਰੀ ਈਸਾਈ ਭਾਈਚਾਰੇ ਦੀ ਅਤੇ ਨਿਹੰਗਾਂ ਦੇ ਜਥੇਬੰਦੀਆਂ ਦਾ ਆਪਸ 'ਚ ਟਕਰਾਅ ਆਇਆ, ਉਹਨੂੰ ਕਿੱਦਾਂ ਦੇਖਦੇ? ਅਸੀਂ ਕਿਸੇ ਧਰਮ ਦਾ ਵਿਰੋਧ ਨਹੀਂ ਕਰਦੇ, ਹਰ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ, ਕੋਈ ਵੀ ਧਰਮ ਆ, ਕਿਉਂਕਿ ਸਾਡੇ ਸਿੱਖ ਦਾ ਧਰਮ ਹੀ ਇਹੀ ਆ, ਸਾਰੇ ਧਰਮਾਂ ਦਾ ਸਤਿਕਾਰ ਕਰ। ਅਗਰ ਕੋਈ ਧੱਕੇ ਨਾਲ ਜਾ ਕੇ ਸਾਡੇ ਕਿਸੇ ਨੂੰ ਵੀ ਆਪਣੇ ਧਰਮ ਨਾਲ ਜੋੜਦਾ ਆ ਅਤੇ ਉਹ ਬੜੇ ਅਫਸੋਸ ਵਾਲੀ ਗੱਲ ਆ, ਅਤੇ ਉਹਦਾ ਫਿਰ ਡੱਟ ਕੇ ਵਿਰੋਧ ਕਰਨਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ। ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਆ,
उहदे राज दे विच सारे धर्मां दा सत्कार कीता जांदा सी। सारियां दी मस्जिदां गुरद्वारा साहब जो भी सीगा उहनां दा जिहड़े भी धर्म कोई रहिंदा सीगा उहनां नूं आजादी सीगी। पर इत्थे गल उल्ट आ। इत्थे ਇਹ ਵਾਰ ਵਾਰ ਗੱਲਾਂ ਕਿਉਂ ਹੋ ਰਹੀਆਂ ਨੇ, ਇਹ ਕੀ ਕਾਰਨ ਆ? ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, 40 ਸਾਲ ਰਾਜ ਕੀਤਾ ਤੇ ਪੁੱਤਰ ਮੋਹ ਦੇ ਵਿੱਚ ਜਿਹੜਾ ਵਾ ਉਹਨੇ ਆਪਣਾ ਰਾਜ ਜਿਹੜਾ ਗਵਾ ਲਿਆ। ਉਦੋਂ ਹੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਵਾ ਅਕਾਲੀ ਦਲ ਨੂੰ ਆਪਣੇ ਪੁੱਤਰ ਮੋਹ ਦੇ ਵਿੱਚ ਹੀ ਖਤਮ ਕਰ ਲਿਆ। ਬਿਲਕੁਲ ਕਰ ਲਿਆ, ਇਹ ਹੋਣਾ ਹੀ ਸੀਗਾ। ਕਿਉਂਕਿ ਇਹ ਸੀਗਾ, ਇਹ ਤੋਂ ਜਿਹੜਾ ਰਾਜ ਖੁੱਸਣਾ ਚਾਹੀਦਾ ਸੀਗਾ। ਇਹ ਸਿੱਖਾਂ ਦਾ ਦੁਸ਼ਮਣ ਆ, ਇਹ ਬੜਾ ਸਿਆਸੀ ਬੰਦਾ ਹੋਣ ਕਰਕੇ ਇਹ ਪੈਂਚੜੇ ਬਾਈ ਚੱਲ ਚੱਲ ਕੇ ਇਹ ਰਾਜ ਕਰਦਾ ਰਿਹਾ। ਹੁਣ ਇਹਦੀ ਬਾਹ ਨਹੀਂ ਚੱਲਣੀ ਅਤੇ ਇਹ ਰਾਜ ਹੁਣ ਨਹੀਂ ਆਉਂਦਾ ਇਹਦੇ ਕੋਲ। 5 ਵਾਰੀ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਵਾ, ਤਾਂ 5 ਵਾਰੀ ਜਿਹੜਾ ਵਾ ਜਦੋਂ ਵੀ ਮੁੱਖ ਮੰਤਰੀ ਬਣਿਆ ਵਾ ਤਾਂ ਉਸ ਕਾਲ ਪੀਰੀਅਡ ਦੌਰਾਨ ਕੋਈ ਨਾ ਕੋਈ ਜਿਹੜਾ ਵਾ ਘਟਨਾ ਵਾਪਰੀ ਆ। ਸਿੱਖਾਂ ਨੂੰ ਇਨਸਾਫ ਵੀ ਨਹੀਂ ਦੇ ਸਕਿਆ। ਜੇ ਆਪਾਂ ਗੱਲ ਕਰੀਏ ਜਿਹੜੇ ਬੰਦੀ ਸਿੰਘਾਂ ਦੀ, ਤਾਂ ਜਦੋਂ 5 ਵਾਰੀ ਸਰਕਾਰ ਸੀ ਉਦੋਂ ਨਹੀਂ ਆਪਾਂ ਰਿਹਾਈ ਲਈ। ਜੇ ਸੈਂਟਰ ਸਰਕਾਰ ਨੂੰ ਆਪਾਂ ਲਿਖ ਕੇ ਭੇਜ ਸਕਦੇ ਸੀਗੇ, ਜੇ ਉਹਨਾਂ ਐਲ ਜੀ ਕੋਲ ਫਾਇਲ ਦਿੱਲੀ ਪਈ ਆ ਤਾਂ ਦਿੱਲੀ ਕੇਜਰੀਵਾਲ ਜਿਹੜਾ ਵਾ ਉਹਨੂੰ ਇੱਕ ਸੈਨਾ 'ਤੇ ਜਿਹੜਾ ਵਾ ਰਿਹਾਈ ਕਰ ਸਕਦਾ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਉਹਨੂੰ ਕਿੱਦਾਂ ਦੇ? ਦੇਖੋ ਗੱਲ ਆ ਬਾਦਲ ਦੀ, ਬਾਦਲ ਨੇ 5 ਵਾਰੀ ਰਾਜ ਕੀਤਾ ਆ, ਜਿਹਨਾਂ ਲੋਕਾਂ 'ਤੇ ਰਾਜ ਕੀਤਾ ਅਤੇ ਉਹਨਾਂ ਲੋਕਾਂ ਨੇ ਮੂੰਹ ਸੁੱਟਿਆ ਉਹਨੂੰ, ਅਤੇ ਅੱਜ ਹਾਲਾਤ ਕੀ ਆ ਉਹਦੀ? ਅੱਜ ਉਹਨੂੰ ਕੋਈ ਨਹੀਂ ਪੁੱਛਦਾ ਉਹਨੂੰ। ਤੁਸੀਂ ਕਿੰਨੇ ਸਾਲ ਨਾਲ ਰਹੇ ਆ? ਮੈਂ ਤਾਂ ਕਾਫੀ ਚਿਰ ਨਾਲ ਰਿਹਾ ਉਹਨਾਂ ਦੇ। ਤੁਹਾਨੂੰ ਪਤਾ ਨਹੀਂ ਸੀਗਾ ਵੀ ਇੱਦਾਂ ਦੀ ਫਿਦਰਤ ਆ? ਜਦੋਂ ਉਹਲੇ 'ਚ ਹੋਵੇ ਨਾ, ਫਿਰ ਜਦੋਂ ਕਲੀਅਰ ਹੋ ਗਿਆ ਕਿ ਇਹ ਬੰਦਾ ਦੋਸ਼ੀ ਆ, ਅਤੇ ਫਿਰ ਆਪਾਂ ਸਾਥ ਛੱਡਤਾ ਉਹਨਾਂ ਦਾ। ਆਪਾਂ ਸਾਥ ਛੱਡ ਕੇ ਅਤੇ ਹੁਣ ਸਾਈਡ 'ਤੇ ਹਾਂ। ਅਤੇ ਨਵੀਂ ਸਰਕਾਰ ਤੋਂ ਕੀ ਉਮੀਦਾਂ ਨੇ ਤੁਹਾਨੂੰ? ਨਵੀਂ ਸਰਕਾਰ ਤੋਂ ਕੋਈ ਲੱਗਦਾ ਨਹੀਂ ਕੋਈ ਉਮੀਦ ਸਰਕਾਰ ਤੋਂ ਨਵੀਂ ਕੁਛ ਕਰਨ ਲੱਗੇ, ਮਿੰਨਤੇ ਲੱਗਦਾ ਇਹ ਸਰਕਾਰ ਟੁੱਟ ਜਾਣੀ ਆ, ਕੁਛ ਕਰ ਨਹੀਂ ਸਕਦੇ। ਦੇਖੋ ਹੁਣ ਆ ਈਸਾਈ ਭਾਈਚਾਰੇ ਦਾ, ਸਿੱਖ ਧਰਮਚਾਰੇ ਭਾਈਚਾਰੇ ਦਾ ਜਿਹੜਾ ਇਹਨਾਂ ਨੇ ਸਾਥ ਪਵਾ ਦਿੱਤਾ, ਇਹ ਸਰਕਾਰ ਨੇ ਕੀਤਾ? ਇਹ ਸਰਕਾਰ ਕੰਟਰੋਲ ਨਹੀਂ ਕਰ ਸਕਦੀ? ਸਰਕਾਰ ਇਹ ਕਿਉਂ ਚਾਹੁੰਦੀ ਆ, ਕਿਉਂ ਕਰਦੀ ਆ ਇਹ? ਜੇ ਉਹਨਾਂ 'ਤੇ ਉਹ ਧੱਕੇ ਨਾਲ ਜ਼ਬਰਦਸਤੀ ਜਾਂ ਲਾਲਚ ਦੇ ਕੇ ਉਹ ਧਰਮ ਪਰਿਵਰਤਨ ਕਰਦੇ ਨੇ ਤਾਂ ਉਹ ਮਾੜੀ ਗੱਲ ਆ? ਕੀ ਇਹ 'ਤੇ ਕੰਟਰੋਲ ਨਹੀਂ ਕੀਤਾ ਜਾ ਸਕਦਾ, ਕੰਟਰੋਲ ਕੀਤਾ ਜਾ ਸਕਦਾ? ਬਾਪੂ ਜੀ ਤੁਸੀਂ ਨਾਲ ਬੈਠੇ ਹੋ। ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਬਾਬਾ ਰਾਣਾ ਜੀ ਬੰਗਾਲੀ, ਸੰਪਰਕ ਕਰੋ 98786-12355। ਗੈਟ ਐਕਸ ਲਵ ਬੈਕ ਇਨ ਯੋਰ ਲਾਈਫ। ਪਰੇਸ਼ਾਨੀ ਜਿਵੇਂ ਲਵ ਮੈਰਿਜ ਲਈ ਮਾਤਾ ਪਿਤਾ ਨੂੰ ਮਨਾਉਣਾ, ਪ੍ਰੇਮੀ ਪ੍ਰੇਮਿਕਾ 'ਚ ਝਗੜਾ, ਤਲਾਕ ਕੇਸ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਜ਼ਮੀਨੀ ਝਗੜਾ, ਵਿਦੇਸ਼ ਵਿੱਚ ਪੱਕਾ ਹੋਣਾ, ਔਲਾਦ ਸੁੱਖ, ਨੌਕਰੀ ਕਾਰੋਬਾਰ 'ਚ ਰੁਕਾਵਟ, ਕਰਜ਼ਾ ਮੁਕਤੀ ਆਦਿ। ਮੋਹਣੀ ਵਸ਼ੀਕਰਨ ਕਰਵਾਓ, ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ। ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ। ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਬਾਬਾ ਰਾਣਾ ਜੀ ਬੰਗਾਲੀ, 98786-12355। ਵਿਸ਼ਵ ਪ੍ਰਸਿੱਧ ਨੰਬਰ 1, 27 ਸਾਲਾਂ ਦਾ ਮਹਾਨ ਤਜਰਬਾ, ਮੁਠਕਰਨੀ ਵਸ਼ੀਕਰਨ ਸਪੈਸ਼ਲਿਸਟ ਮੋਇਨ ਜੀ ਸਮਰਾਟ, 99-158-44-144, 98-158-44-144। ਅਸੀਂ ਕਹਿੰਦੇ ਨਹੀਂ ਕਰਕੇ ਦਿਖਾਵਾਂਗੇ। ਹਸਤਰੇਖਾ, ਜਨਮ ਪੱਤਰੀ, ਫੋਟੋ ਦਿਖਾਓ 100% ਗਰੰਟੀ ਨਾਲ, ਸਮਾਧਾਨ ਪਾਓ। ਵਿਆਹ ਵਿੱਚ ਰੁਕਾਵਟ, ਵਿਦੇਸ਼ ਯਾਤਰਾ, ਵੀਜ਼ਾ 'ਚ ਦੇਰੀ, ਪ੍ਰੇਮ ਵਿਆਹ, ਪ੍ਰੇਮੀ ਪ੍ਰੇਮਿਕਾ 'ਚ ਝਗੜਾ, ਨੌਕਰੀ ਕਾਰੋਬਾਰ 'ਚ ਰੁਕਾਵਟ, ਲਕਸ਼ਮੀ ਬੰਧਨ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਤੇ ਜੇਕਰ ਤੁਹਾਡਾ ਪ੍ਰੇਮੀ ਬੇਟਾ ਬੇਟੀ ਕਿਸੇ ਦੇ ਵਸ਼ ਵਿੱਚ ਹੈ ਤਾਂ ਇੱਕ ਵਾਰ ਜ਼ਰੂਰ ਸੰਪਰਕ ਕਰੋ। ਤੁਹਾਡਾ ਕੰਮ ਹੀ ਸਾਡਾ ਚੈਲੰਜ, ਨਿਰਾਸ਼ ਲੋਕਾਂ ਦੇ ਲਈ ਆਸ਼ਾ ਦੀ ਇੱਕ ਕਿਰਨ। ਬਾਬਾ ਫਰੀਦ ਜੀ, ਹਰ ਸਮੱਸਿਆ ਦਾ ਸਮਾਧਾਨ 100% ਗਰੰਟੀ ਦੇ ਨਾਲ 10 ਮਿੰਟਾਂ ਦੇ ਵਿੱਚ ਕਰਵਾਓ। ਸਮੱਸਿਆ ਜਿਵੇਂ ਕਾਰੋਬਾਰ ਦੇ ਵਿੱਚ ਬਰਕਤ ਨਾ ਹੋਣਾ, ਗ੍ਰਹਿ ਕਲੇਸ਼, ਜਾਦੂ ਟੋਣਾ, ਕੀਤਾ ਕਰਾਇਆ, ਵਿਦੇਸ਼ ਯਾਤਰਾ, ਵਿਆਹ ਵਿੱਚ ਰੁਕਾਵਟ, ਮਨਚਾਇਆ ਪਿਆਰ, ਸੌਤਨ ਦੁਸ਼ਮਣ ਨੂੰ ਤੜਫਦਾ ਦੇਖਣਾ, ਪਤੀ ਪਤਨੀ ਦੇ ਵਿੱਚ ਅਣਬਣ, ਵਸ਼ੀਕਰਨ ਮੁਠਕਰਨੀ ਦੇ ਮਾਹਿਰ, ਪਿਆਰ ਦੇ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ। ਪਤਾ ਲੁਧਿਆਣਾ, 98-767-86-067।